ਤਾਂ ਦੋਸਤੋ, ਜ਼ਿਮੀਂਦਾਰ ਲਈ ਜਿਹੜਾ ਆੜ੍ਹਤੀਆ ਹੁੰਦਾ ਨਾ, ਉਹ ਰੱਬ ਦਾ ਰੂਪ ਮੈਂ ਮੰਨਦਾ ਜੀ। ਕਿਉਂਕਿ ਜ਼ਿਮੀਂਦਾਰ ਨੂੰ ਜਦੋਂ ਵੀ ਰੁਪਈਆਂ ਦੀ ਲੋੜ ਪੈਂਦੀ ਹੈ ਤਾਂ ਉਹ ਆੜ੍ਹਤੀਆ ਨਿਭਾਜਦਾ, ਇਸ 'ਚ ਕੋਈ ਸ਼ੱਕ ਨਹੀਂ। ਪਰ ਦੋਸਤੋ, ਅੱਜ ਮੈਂ ਇੱਕ ਸੱਚੀ ਕਹਾਣੀ ਸੁਣਾਉਣਾ ਜਿਹਦੇ ਵਿੱਚ ਆੜ੍ਹਤੀਏ ਨੇ ਸ਼ਕੁਨੀ ਮਾਮੇ ਦਾ ਰੋਲ ਪਲੇ ਕੀਤਾ। ਇੱਕ ਸਾਡਾ ਰਿਸ਼ਤੇਦਾਰ ਆ ਜੀ, ਜ਼ਿਮੀਂਦਾਰ ਭਰਾ, ਉਹ ਤੇ 20 ਕਿੱਲੇ ਜ਼ਮੀਨ ਸੀ, ਮੁੱਛਲ ਲਾਈ ਸੀ, ਮੁੱਛਲ ਚੰਗੀ ਹੋ ਗਈ, 12-22 ਲੱਖ ਦੀ ਹੋ ਗਈ, 10-12 ਲੱਖ ਉਹਦਾ ਕਰਜ਼ਾ ਸੀ, ਲੈ ਗਿਆ 12 ਲੱਖ ਰੁਪਈਆ, ਉਸਦਾ ਆੜ੍ਹਤ 'ਤੇ ਵੱਧ ਗਿਆ। ਬੜਾ ਖੁਸ਼ ਹੋ ਕਹਿੰਦਾ, ਸੇਠਾ ਸਾਨੂੰ 1 ਲੱਖ ਰੁਪਈਆ ਦੇ ਦੇ ਅਤੇ 11 ਲੱਖ ਦੀ ਤੂੰ ਐਂ ਕਰ, ਤੂੰ ਰੱਖ ਲਾ ਅਤੇ ਵਰਤ ਲਾ, 1 ਰੁਪਈਆ ਵਿਆਜ ਦੇ ਦੀ ਸਾਨੂੰ। ਸੇਠ ਕਹਿੰਦਾ, ਸੱਜਣਾ ਮੈਂ ਆਪਦੇ ਕੋਲ ਨਹੀਂ ਰੱਖਣੇ, ਮੈਨੂੰ ਲੋੜ ਹੀ ਨਹੀਂ ਪੈਸਿਆਂ ਦੀ, ਤੂੰ ਐਂ ਕਰ FD ਕਰਵਾ ਦਿੰਦਾ ਤੇਰੀ ਮੈਂ। ਜ਼ਿਮੀਂਦਾਰ 15-16 ਸਾਲ ਦਾ ਵਿਸ਼ਵਾਸ ਬਣਿਆ ਸੀ ਜ਼ਿਮੀਂਦਾਰ, ਕਹਿੰਦਾ ਸੇਠਾ ਜਿਵੇਂ ਤੇਰੀ ਮਰਜ਼ੀ। ਅਤੇ ਜ਼ਿਮੀਂਦਾਰ ਕੀ ਕਰਦਾ ਵੀ ਉਸਦੇ ਖਾਤੇ 'ਚ ਪੈਸੇ ਜਮ੍ਹਾਂ ਕਰਾ ਦਿੰਦਾ, ਜਿਹੜੇ ਖਾਤੇ ਦੇ ਚੈੱਕ ਆੜ੍ਹਤੀਏ ਕੋਲ ਹੁੰਦੇ ਆ, ਅਤੇ ਉਹਨੂੰ ਕਹਿ ਦਿੰਦਾ ਵੀ ਲੈ ਵੀ ਸੱਜਣਾ ਮੈਂ ਤੇਰੀ FD ਕਰਵਾ ਦਿੱਤੀ। ਜ਼ਿਮੀਂਦਾਰ ਵਿਸ਼ਵਾਸ 'ਤੇ ਰਹਿ ਜਾਂਦਾ, ਯਾਰ ਬਾਊ ਨੇ ਕਰਵਾ ਦਿੱਤੀ ਹੋਣੀ ਆ, ਚਲੋ ਬਾਊਆਂ ਦੇ ਫੋਨਾਂ 'ਤੇ ਕੰਮ ਹੁੰਦੇ ਨੇ, ਸ਼ਾਇਦ ਕਰ ਦਿੱਤੀ ਹੋਣੀ ਬੈਂਕ ਨੇ। ਕੁਝ ਸਾਲ ਪੈਂਦੇ ਆ ਅਤੇ ਉਹਦਾ ਛੋਟਾ ਮੁੰਡਾ ਕਹਿੰਦਾ ਜ਼ਿਮੀਂਦਾਰ ਦਾ, ਵੀ ਕਹਿੰਦਾ ਡੈਡੀ ਯਾਰ, ਆਪਾਂ ਨੂੰ ਕੋਈ FD ਦਾ ਮੈਸੇਜ ਨਹੀਂ ਆਇਆ ਹੈਗਾ, 6 ਮਹੀਨੇ ਸਾਲ ਹੋ ਗਿਆ, ਕੋਈ ਮੈਸੇਜ ਤਾਂ ਆਵੇ ਆਪਾਂ ਨੂੰ ਵੀ ਕਿੰਨੀ ਵਿਆਜ ਆਈ ਆ। ਕਿਉਂਕਿ ਜਦੋਂ ਵਿਆਜ ਆਉਂਦੀ ਨਾ 6 ਮਹੀਨਿਆਂ ਬਾਅਦ, FD ਵੀ ਪੈਂਦੀ ਸਾਲ ਬਾਅਦ, ਅਤੇ ਆਪਾਂ ਨੂੰ ਇੱਕ ਮੈਸੇਜ ਆਉਂਦਾ। ਉਹਨੂੰ ਸ਼ੱਕ ਹੋਇਆ, ਜਦੋਂ ਸਾਲ ਟੱਪ ਗਿਆ ਅਤੇ ਉਹ ਗਏ ਚਲੇ ਆੜ੍ਹਤੀਏ ਕੋਲ, ਉਹਨੂੰ ਕਹਿੰਦੇ ਵੀ ਬਾਊ ਜੀ, FD ਦੀ ਕੋਈ ਵਿਆਜ ਵਿਊਜ ਆਈ ਨਹੀਂ ਆਪਾਂ ਨੂੰ, ਅਤੇ ਉਹ ਆਪਾਂ ਨਿਊ ਵੀ ਕਰਾਉਣੀ ਆ। ਅਤੇ ਉਹ ਕੱਢ ਕੇ ਉਹਨੂੰ 20-25 ਹਜ਼ਾਰ ਰੁਪਇਆ ਦੇ ਦਿੰਦਾ ਵੀ ਆ ਚੱਕ, 20 ਹਜ਼ਾਰ ਰੁਪਇਆ ਤੁਹਾਡੀ ਵਿਆਜ ਆਈ ਸੀ ਅਤੇ ਮੈਂ ਅਗਲੇ ਸਾਲ ਵਾਸਤੇ ਫਿਰ ਨਿਊ ਕਰਤੀ ਆ। ਜ਼ਿਮੀਂਦਾਰ ਫਿਰ ਗੱਲ ਸੁਣ ਕੇ ਘਰੇ ਜਾ ਵੜਦਾ। ਉਹ ਇੱਕ ਦਿਨ ਨਾ ਬੈਂਕ 'ਚ ਜਾਂਦੇ ਆ, ਬੈਂਕ 'ਚ ਜਾ ਕੇ ਕਹਿੰਦੇ ਆ ਵੀ ਇੱਦਾਂ ਦਾ ਕਰਕੇ ਸਾਡੀ FD ਸੀਗੀ 11 ਲੱਖ ਰੁਪਏ ਦੀ। ਬੈਂਕ ਵਾਲੇ ਕਹਿੰਦੇ ਭਾਈ ਤੁਹਾਡੀ ਕੋਈ FD ਨਹੀਂ ਚੈੱਕ ਕਰਕੇ ਕਹਿੰਦੇ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ, ਅਸੀਂ FD ਕਰਾਈ, ਸਾਡੇ ਆੜ੍ਹਤੀ ਨੇ FD ਕਰਾਈ ਹੈ। ਖਾਤਾ ਨੰਬਰ ਉਹ ਫਿਰ ਚੈੱਕ ਕਰਦੇ, ਉਹ ਕਹਿੰਦੇ ਬਾਈ ਜੀ ਕੋਈ FD ਨਹੀਂ, ਤੁਹਾਡੇ ਖਾਤੇ 'ਚ ਪੈਸੇ ਜ਼ਰੂਰ ਆਏ ਸੀ, 19 ਤਰੀਕ ਨੂੰ ਤੁਸੀਂ ਪੈਸੇ ਪਾਏ ਆ ਅਤੇ 19 ਤਰੀਕ ਨੂੰ ਤੁਸੀਂ ਪੈਸੇ ਕੱਢ ਲਏ ਨੇ, ਤੁਹਾਡੇ ਚੈੱਕ ਦੁਆਰਾ ਪੈਸੇ ਨਿਕਲੇ ਨੇ, ਤੁਹਾਡੇ ਸਹਿਨ ਨੇ। ਉਹ ਛੱਛੋ ਪੈਂਜੇ 'ਚ ਉਹ ਕਹਿੰਦੇ ਯਾਰ 11 ਲੱਖ ਰੁਪਈਆ ਗਿਆ ਤਾਂ ਗਿਆ ਕਿੱਧਰ, ਉਹ ਭੱਜਦੇ ਆੜ੍ਹਤੀਏ। ਉਹ ਕਹਿੰਦਾ ਇਹ ਵੀ ਮੈਂ ਹੁਣੇ ਕਢਾ ਕੇ ਲਿਆਇਆ, ਆਹ ਥੋੜ੍ਹਾ ਚਿਰ ਹੀ ਹੋ ਗਿਆ। ਉਹ ਜ਼ਿਮੀਂਦਾਰ ਦਾ ਮੁੰਡਾ ਤੇਜ਼ ਸੀ ਦੇ ਸੀ, ਉਹ ਕਹਿੰਦਾ ਯਾਰ ਉਹ ਤਾਂ ਕਹਿੰਦੇ 2-4 ਦਿਨਾਂ 'ਚ ਨਿਕਲ ਗਏ ਨੇ। ਉਹ ਕਹਿੰਦਾ ਯਾਰ ਹੁਣੇ ਕਢਾ ਕੇ ਲਿਆਇਆ, ਤੁਹਾਨੂੰ FD ਦੀ ਵਿਆਜ ਚਾਹੀਦੀ ਆ, ਮੇਰੇ ਤੋਂ ਤੁਸੀਂ ਵਿਆਜ ਲੈ ਲਿਆ, ਇਹ ਗੱਲ ਖਤਮ। ਜ਼ਿਮੀਂਦਾਰ ਕਹਿੰਦਾ ਯਾਰ ਗੱਲ ਕਿਵੇਂ ਖਤਮ, ਅਸੀਂ ਤਾਂ FD ਕਰਾਈ ਸੀ, ਤੂੰ ਕਹਿੰਦਾ ਸੀ ਅਸੀਂ ਸਾਲ ਵਾਸਤੇ FD ਕਰਾ ਕੇ ਦੇਵਾਂਗੇ, ਅਤੇ ਤੂੰ ਅਗਲੇ ਦਿਨ ਪੈਸੇ ਕਢਾ ਕੇ ਲਿਆ ਕੇ ਤੂੰ 1.5 ਰੁਪਈਏ ਲੋਕਾਂ ਨੂੰ ਦੇ ਤੇ ਅਤੇ ਸਾਨੂੰ ਤੂੰ FD ਦੀ ਵਿਆਜ ਦੇਈ ਜਾਂਦਾ। ਹੁਣ ਦੋਸਤੋ 8% ਦੇ ਹਿਸਾਬ ਨਾਲ 50-60 ਰੁਪਈਏ ਬਣਦੇ ਨੇ FD ਦੇ, ਕਿੱਥੇ ਉਹ 1.5 ਰੁਪਈਏ 'ਚ ਲੋਕਾਂ ਨੂੰ ਵਿਆਜ ਦੇਈ ਜਾਂਦਾ ਹੈ, ਆਪ ਉਹ ਘੱਟੋ ਘੱਟ 70-80 ਪੈਸੇ ਲੋਕਾਂ ਤੋਂ ਐਵੇਂ ਕਮਾਈ ਜਾਂਦਾ ਜ਼ਿਮੀਂਦਾਰ ਦੇ ਪੈਸਿਆਂ ਨਾਲ। ਲਓ ਜੀ ਰੌਲਾ ਪੈ ਗਿਆ, ਅਤੇ ਉਹ ਕੀ ਕਰਦੇ ਵੀ ਇੱਕ ਸਿਆਣੇ ਆੜ੍ਹਤੀਏ ਕੋਲ ਜਾ ਵੜਦੇ ਆ, ਸਿਆਣੇ ਆੜ੍ਹਤੀ ਨੂੰ ਸਾਰੀ ਮਜ਼ਬੂਰੀ ਦੱਸਦੇ ਆ, ਅਤੇ ਸਿਆਣੇ ਆੜ੍ਹਤੀ ਆ ਉਹਨਾਂ ਨੂੰ ਬੁਲਾਉਂਦਾ, ਕਹਿੰਦਾ ਵੀ ਹਾਂ ਵੀ ਸੱਜਣਾ ਵੀ ਤੂੰ ਜ਼ਿਮੀਂਦਾਰ ਨਾਲ ਧੱਕਾ ਕੀਤਾ ਬਈ। ਜ਼ਿਮੀਂਦਾਰ ਕਹਿੰਦਾ ਵੀ ਆਹ ਵੇਖੋ ਜੀ ਮੇਰੇ ਕੋਲ ਸਟੇਟਮੈਂਟਾਂ ਨੇ ਇਹ ਆ, ਉਹ ਹੁਣ ਦੋਸਤੋ ਡੁਪਲੀਕੇਟ ਸਟੇਟਮੈਂਟਾਂ ਬਣ ਜਾਂਦੀਆਂ ਨੇ, ਉਹ ਲੈ ਆ। ਸਿਆਣਾ ਆੜ੍ਹਤੀ ਆ ਕਹਿੰਦਾ ਤੁਸੀਂ ਐਂ ਕਰੋ ਹੁਣੇ ਚਲੋ ਬੈਂਕ 'ਚ। ਉਹਨਾਂ ਨੇ ਜਾ ਕੇ ਬੈਂਕ 'ਚ ਜਦੋਂ ਸਟੇਟਮੈਂਟ ਕਢਾ ਕੇ ਲਿਆਂਦੀ ਅਤੇ ਜਿਹੜੇ ਆੜ੍ਹਤੀਏ ਨੇ 11 ਲੱਖ ਰੁਪਈਆ ਕਢਾਇਆ ਸੀ ਉਹ ਡਿੱਗ ਪਿਆ ਪੈਰੀ ਕਿਸਾਨ ਦੇ, ਕਹਿੰਦਾ ਵੀ ਮੈਂ ਤੇਰੇ ਪੁੱਤਾਂ ਵਰਗਾ, ਤੇਰੇ ਪੁੱਤ ਤੋਂ ਮੈਂ 5-7 ਸਾਲ ਹੀ ਵੱਡਾਂ, ਅਤੇ ਮੈਨੂੰ ਵੀਰ ਬਣ ਕੇ ਬਖਸ਼ ਦੇ। ਤਾਂ ਦੋਸਤੋ ਫਿਰ ਉਹ ਜਿਹੜਾ ਸਿਆਣੇ ਆੜ੍ਹਤੀਏ ਨੇ 1.5 ਰੁਪਈਆ ਵਿਆਜ ਦਵਾਈ, ਇੱਥੇ ਹੁਣ ਇੱਕ ਬੰਦਾ ਚੰਗਾ ਵੀ ਆ ਅਤੇ ਇੱਕ ਮਾੜਾ ਵੀ ਆ, 1.5 ਰੁਪਈਆ ਵਿਆਜ ਦਵਾਈ ਉਹਦਾ, 11 ਲੱਖ ਦਾ ਕੋਈ 2-2.5 ਲੱਖ ਰੁਪਈਆ ਉਹਦੀ ਵਿਆਜ ਬਣੀ ਸੀ ਸਾਲ ਦੀ, ਅਤੇ ਉਹ ਉਹਨੂੰ ਦਵਾ ਦਿੱਤੀ। ਹਾਲਾਂਕਿ ਉਹ ਬੰਦੇ ਨੇ ਕੀ ਕਰਨਾ ਸੀਗਾ ਵੀ ਉਹਨੂੰ ਪੈਸੇ ਵੀ ਵਾਪਸ ਦੇ ਦੇਣੇ ਸੀ ਅਤੇ FD ਦੀ ਵਿਆਜ ਦੇਣੀ ਸੀ, ਕਿਉਂਕਿ ਇੱਕ ਉਹ ਕਹਿੰਦਾ ਵੀ ਜਦੋਂ ਬੈਂਕ 'ਚ FD ਕਰਾਤੀ ਤਾਂ ਸਾਲ ਤੋਂ ਪਈ ਰਹਿਣ ਦੇ, ਕਿਉਂਕਿ FD ਕਰਾਉਣ ਦੀ ਵੀ ਵੈਲਿਊ ਆ ਨਾ, ਉਸਦਾ ਵੀ ਆਪਾਂ ਨੂੰ ਇੱਕ ਬੈਨੀਫਿਟ ਹੁੰਦਾ, ਆਪਣੇ ਸਿੰਬਲ ਸਕੋਰ ਸੁਧਰਦੇ ਅਤੇ ਬੈਂਕ ਨੂੰ ਵੀ ਪਤਾ ਲੱਗਦਾ ਵੀ ਹਾਂ ਵੀ ਇਹ ਬੰਦੇ ਕੋਲ ਪੈਸੇ ਆ, ਕੱਲ੍ਹ ਨੂੰ ਜੇਕਰ ਉਹ ਲੋਨ ਵਗੈਰਾ ਕਰਾਉਂਦਾ ਤਾਂ ਉਸਨੂੰ ਬਹੁਤ ਸਾਰਾ ਬੈਨੀਫਿਟ ਹੁੰਦਾ।
ਉਹਨੇ ਆਖਿਆ ਵੀ ਤੂੰ ਮੇਰਾ ਬੈਨੀਫਿਟ ਖੋਲਿਆ, ਮੇਰੇ ਸਿੰਬਲ ਡਾਊਨ ਕਰਤੇ। ਅਤੇ ਦੋਸਤੋ ਇੱਦਾਂ ਕੀਤੀ ਆੜਤੀਆਂ ਨੇ, ਤਾਂ ਚਲੋ ਸ਼ੁਕਰ ਆ ਵੀ ਬਾਕੀ ਆੜਤੀਆਂ ਦੀ ਮਦਦ ਕਰਕੇ, ਕਿਉਂਕਿ ਬਾਕੀ ਆੜਤੀਆਂ ਨੇ ਕਿਹਾ ਵੀ ਜੇ ਤੂੰ ਅੱਜ ਐਂ ਕੀਤਾ ਤਾਂ ਕੱਲ੍ਹ ਨੂੰ ਸਾਡੇ 'ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਬਾਈ ਜੀ, ਬੰਦੇ ਦਾ ਪੁੱਤ ਬਣ ਕੇ ਪੈਸੇ ਦੇ, ਨਹੀਂ ਤਾਂ ਅਸੀਂ ਤੇਰੇ 'ਤੇ ਕਾਰਵਾਈ ਕਰਾਂਗੇ। ਚਲੋ ਜੀ, ਉਹਨੇ ਐਵੇਂ ਆਖੀਏ ਵੀ ਸਾਰੇ ਪੈਸੇ ਅਤੇ ਵਿਆਜ ਉਹਨੂੰ ਦੇ ਕੇ ਜਾਣ ਛਡਾਲੀ, ਅਤੇ ਉਸਨੇ ਉਸ ਤੋਂ ਬਾਅਦ ਆੜਤ ਵੀ ਚੇਂਜ ਕਰਤੀ, ਉੱਥੇ ਰੱਖਿਆ ਨਾ। ਹੁਣ ਦੋਸਤੋ ਇੱਕ ਗੱਲ ਹੋਰ ਦੱਸ ਦਿੰਦਾ, ਇੱਕ ਜਗ੍ਹਾ 'ਤੇ ਵੀ ਸਾਡਾ ਇੱਕ ਰਿਸ਼ਤੇਦਾਰ ਹੈ ਅਤੇ ਉਹਨੇ ਕਰਾਉਣੀ ਸੀ ਰਜਿਸਟਰੀ। ਰਜਿਸਟਰੀ ਵਾਸਤੇ ਆੜਤੀ ਨੂੰ ਲਾਤਾ ਫੋਨ, ਬਾਊ ਜੀ ਇੱਕ ਤਾਂ 20 ਲੱਖ ਰੁਪਇਆ ਚਾਹੀਦਾ ਅਤੇ 2 ਕਿੱਲਿਆਂ ਦੀ ਆਪਾਂ ਰਜਿਸਟਰੀ ਕਰਾਉਣੀ, ਅਤੇ ਇੱਕ ਆਪਾਂ ਕਰਾਈਏ ਕਿੱਥੋਂ? ਉਹ ਕਹਿੰਦਾ ਜੀ ਆ ਜਾਓ ਇੱਥੋਂ ਕਰਾ ਲਓ, ਆਪਣੇ ਬੰਦੇ ਹੀ ਆ। ਉਹਨੇ ਆਪਦੇ ਬੰਦੇ ਕੋਲ ਭੇਜਤਾ ਅਤੇ ਉਹਨੂੰ ਫੋਨ ਕਰਤਾ ਵੀ ਇੱਦਾਂ ਇੱਦਾਂ ਕਰਕੇ ਆਪਣੇ ਬੰਦੇ ਆਉਂਦੇ ਪਏ ਅਤੇ ਰੁਪਈਆ 60,000 ਵੱਧ ਮੰਗ ਲਈ। ਹੁਣ ਜ਼ਿਮੀਦਾਰ ਦਾ ਆੜਤੀ 'ਤੇ ਭਰੋਸਾ, ਉਹਨੇ ਉੱਥੇ ਜਾ ਕੇ ਕੋਈ ਗੱਲ ਨਹੀਂ ਕੀਤੀ, ਕਿਉਂਕਿ ਆਪਾਂ ਜਿਹੜਾ ਆੜਤੀ ਆ ਕਰਦੇ ਆਪਾਂ ਨੂੰ ਸਤਨਾਮ ਹੀ, ਆਪਾਂ ਕਹਿ ਦਿੰਦੇ ਹਾਂ ਵੀ ਜੋ ਕਰਤਾ ਸਹੀ ਕਰਤਾ। ਉੱਥੇ ਜਾ ਕੇ ਉਹਨੇ ਉਵੇਂ ਭਰ ਕੇ ਰਜਿਸਟਰੀ ਕਰਾ ਕੇ ਹੋ ਗਿਆ। ਅਤੇ ਜਦੋਂ ਇੱਕ ਦਿਨ ਫਿਰ ਜ਼ਿਮੀਦਾਰ ਕਿਸੇ ਹੋਰ ਨਾਲ ਗਵਾਹ ਬਣ ਕੇ ਰਜਿਸਟਰੀ ਕਰਾਉਣ ਗਿਆ 19 ਕਿੱਲਿਆਂ ਦੀ, ਉੱਥੇ ਜਾ ਕੇ ਉਹਨੇ ਦੇਖਿਆ ਵੀ 60,000 ਰੁਪਇਆ ਘੱਟ ਹੀ ਯਾਰ, ਮੇਰੇ ਤੋਂ ਉਹਨਾਂ ਨੇ 60,000 ਰੁਪਇਆ ਵੱਧ ਲੈ ਲਿਆ। ਉਹ ਅਗਲੇ ਦਿਨ ਬੰਦਾ ਲੈ ਕੇ ਜਾ ਠੁੱਕਿਆ ਉੱਥੇ, ਹਾਂ ਵੀ ਤੂੰ 60,000 ਰੁਪਇਆ ਕਿਵੇਂ ਵੱਧ ਲਿਆ ਬਈ, ਇੰਨੀ ਸਰਕਾਰੀ ਵੀ ਸੀ ਇਹ ਵੋ। ਉਹ ਅਰਜੀ ਨਿਵੇਸ਼ ਦਾ ਘਬਰਾ ਗਿਆ, ਉਹ ਕਹਿੰਦਾ ਤੂੰ ਐਂ ਕਰ ਮੇਰੇ ਨਾਲ ਜਿੱਦਣ ਤੋਂ ਪਹਿਲਾਂ ਤੂੰ ਆਪਦੇ ਆੜਤੀਏ ਕੋਲ ਜਾ ਕੇ ਉਹਨੂੰ ਇਹ ਗੱਲ ਕਹਿ ਦੀ ਵੀ ਇਸ ਬੰਦੇ ਨੇ 60,000 ਰੁਪਇਆ ਵੱਧ ਕਿਉਂ ਲਿਆ, ਤੈਨੂੰ ਜਵਾਬ ਮਿਲ ਜਾਏਗਾ। ਉੱਥੋਂ ਉਹਨਾਂ ਨੂੰ ਡਾਊਟ ਹੋ ਗਿਆ ਵੀ ਯਾਰ ਆੜਤੀਆ ਕਾਣਾ। ਫਿਰ ਉਹ ਗਏ ਆੜਤ 'ਤੇ, ਉਹਨੂੰ ਕਹਿੰਦੇ ਵੀ ਉਹ ਤਾਂ ਕਹਿੰਦਾ ਵੀ 60,000 ਰੁਪਇਆ ਇਹ ਬਾਊ ਨੂੰ ਪੁੱਛੋ। ਜਦੋਂ ਬਾਊ ਨੂੰ ਪਤਾ ਲੱਗਿਆ ਉਹਨੇ ਕੀ ਕੀਤਾ, ਚੁੱਪ ਕਰਕੇ 60,000 ਕੱਢ ਕੇ ਟੇਬਲ 'ਤੇ ਰੱਖਤਾ ਅਤੇ ਉਹਨੂੰ ਕਹਿੰਦਾ ਆਹ ਚੱਕ 60,000 ਰੁਪਇਆ ਤੂੰ ਲੈ ਜਾ। ਉਹ ਕਹਿੰਦਾ ਬਾਊ ਜੀ ਤੁਸੀਂ ਚੰਗੀ ਕੀਤੀ ਆ। ਕਹਿੰਦਾ ਯਾਰ ਤੈਨੂੰ ਮੈਂ ਪੈਸੇ ਦੇਤੇ, ਯਾਰ ਮੈਂ ਕੀ ਚੰਗੀ ਕੀਤੀ ਆ? ਕਹਿੰਦਾ ਤੁਸੀਂ ਤੁਹਾਡੇ 'ਤੇ ਅਸੀਂ ਵਿਸ਼ਵਾਸ ਕਰਦੇ ਹਾਂ। ਤਾਂ ਦੋਸਤੋ ਉੱਥੇ ਵੇਖ ਲਓ ਵੀ ਆੜਤੀਆ ਝੂਠਾ ਪੈ ਗਿਆ, ਹੈ ਨਾ। ਇਹ ਸੱਚੀਆਂ ਕਹਾਣੀਆਂ ਨੇ, ਸੱਚੀਆਂ ਗੱਲਾਂ ਦੱਸਦਾ ਮੈਂ ਤੁਹਾਨੂੰ। ਤਾਂ ਦੋਸਤੋ ਜਦੋਂ ਵੀ ਆੜਤੀਏ 'ਤੇ ਵਿਸ਼ਵਾਸ ਕਰਨਾ ਜ਼ਰੂਰੀ ਆ, ਮੈਂ ਇਹ ਨਹੀਂ ਕਹਿੰਦਾ ਗਾ, ਕਿਉਂਕਿ ਆੜਤੀਆ ਆਪਣੇ ਸਿਰ 'ਤੇ ਵੀ ਪਲਦਾ। ਜੇਕਰ ਆਪਣੇ ਕੋਲ ਫਸਲ ਆ ਤਾਂ ਹੀ ਆੜਤੀਆ, ਜੇਕਰ ਆੜਤੀਆ ਤਾਂ ਹੀ ਕਿਸਾਨ ਆ, ਜ਼ਿਮੀਦਾਰ ਆ, ਕਿਉਂਕਿ ਬਹੁਤ ਹੀ ਆਪਾਂ ਨੂੰ ਪੈਸੇ ਮਿਲਣੇ ਨੇ, ਆਪਾਂ ਦੋਵੇਂ ਇੱਕ ਦੂਜੇ 'ਤੇ ਨਿਰਭਰ ਹਾਂ। ਹਰ ਇੱਕ ਆੜਤੀਆ ਇਹੋ ਜਿਹੇ ਆੜਤੀ ਵਰਗਾ ਨਹੀਂ ਹੁੰਦਾ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਿਸੇ ਆੜਤੀ ਨੂੰ ਮੈਂ ਮਾੜਾ ਨਹੀਂ ਕਹਿੰਦਾ, ਪਰ ਕੁਝ ਕੁ ਆੜਤੀਏ ਮਾੜੇ ਵੀ ਆ, ਕੁਝ ਕੁ ਜ਼ਿਮੀਦਾਰ ਵੀ ਮਾੜੇ ਆ, ਇਹ ਨਹੀਂ ਕਹਿੰਦਾ। ਜ਼ਿਮੀਦਾਰ ਵੀ ਪੈਸੇ ਨੱਪੇ ਖੜੇ ਆੜਤੀਆਂ ਦੇ, ਅਤੇ ਪਰ ਆੜਤੀਏ ਵੀ ਦੀਵਾ ਜਗਾ ਕੇ ਭੱਜ ਜਾਂਦੇ ਨੇ, ਠੀਕ ਹੈ ਕਿ ਨਹੀਂ। ਆੜਤੀਏ ਵੀ ਕਿਸੇ ਤੋਂ ਘੱਟ ਨਹੀਂ, ਦੋਵੇਂ 50-50 ਮੰਨ ਕੇ ਚੱਲਦੇ ਆ। ਪਰ ਦੋਸਤੋ ਜਿੰਨਾ ਮਰਜ਼ੀ ਵਿਸ਼ਵਾਸ ਹੋਵੇ, FD ਵਗੈਰਾ ਤੁਸੀਂ ਆਪ ਕਰਾਇਆ ਕਰੋ, ਪਤਾ ਕਰਕੇ ਆਪਦੇ ਖਾਤੇ 'ਚ, ਆੜਤੀਏ 'ਤੇ ਨਿਰਭਰ ਨਾ ਰਿਹਾ ਕਰੋ। ਚਾਹੇ ਰਜਿਸਟਰੀ ਕਰਾਉਣੀ ਹੁੰਦੀ ਹੈ ਤਾਂ 2-3 ਅਰਜੀ ਨਿਵੇਸ਼ਾਂ ਤੋਂ ਪਤਾ ਕਰ ਲਿਆ ਕਰੋ, 2-3 ਵਕੀਲਾਂ ਤੋਂ ਪਤਾ ਕਰ ਲਿਆ ਕਰੋ ਵੀ ਕੀ ਖਰਚਾ ਚੱਲਦਾ, ਤੁਹਾਨੂੰ ਪਤਾ ਲੱਗ ਜਾਏਗਾ। ਨਿਰਾ ਪੂਰਾ ਦੂਜੇ ਬੰਦੇ 'ਤੇ ਡਿਪੈਂਡ ਨਾ ਰਹੋ, ਕਿਉਂਕਿ ਜਦੋਂ ਤੁਸੀਂ ਦੂਜਾ ਬੰਦਾ ਪਾ ਲੈਂਦੇ ਆ ਤਾਂ ਉਹਨੇ ਕਿਤੇ ਨਾ ਕਿਤੇ ਤੁਹਾਨੂੰ ਰਗੜਾ ਲਾਉਣਾ ਹੀ ਲਾਉਣਾ।